ਹਾਂ ਦੋਸਤੋ ਅੱਜ ਆਪਾਂ ਸ਼ੁਗਲ ਕਰਨਾ ਹੈ ਕਿ ਇੱਕ ਗੁਰੂ ਤੇ ਚੇਲੇ ਕਈ ਵਾਰੀ ਚੇਲੇ ਗੁਰੂ ਜੀ ਕੋਲੋਂ ਕੁਝ ਮੰਗਦੇ ਨੇ ਕੁਝ ਅੱਜ ਦਾ ਟੌਪਿਕ ਆਪਣਾ ਇਹ ਹੀ ਹੈ ਇੱਕ ਚੇਲਾ ਨਾ ਗੁਰੂ ਜੀ ਕੋਲ ਜਾਂਦਾ ਤੇ ਉਹਨੂੰ ਕਹਿੰਦਾ ਕਿ ਗੁਰੂ ਜੀ ਇਹ ਲੰਮੀ ਉਮਰ ਕਿਵੇਂ ਬਣਾਈ ਜਾਵੇ ਕੋਈ ਲੰਮੀ ਉਮਰ ਬਾਰੇ ਸਾਨੂੰ ਕੋਈ ਗਿਆਨ ਦਿਓ ਤੇ ਗੁਰੂ ਕਹਿਣ ਲੱਗਿਆ ਕਿ ਦੇਖ ਖੁਰਾਕ ਜਿੰਨੇ ਖਾਂਦੇ ਹੋ ਨਾ ਉਹਨੂੰ ਅੱਧੇ ਕਰ ਲਓ। ਪਾਣੀ ਜਿੰਨਾ ਪੀਂਦੇ ਹੋ ਉਹਨੂੰ 2 ਗੁਣਾ ਕਰ ਦਿਓ। ਐਕਸਰਸਾਈਜ਼ 3 ਗੁਣਾ ਕਰ ਦਿਓ। ਤੇ ਹੱਸਿਆ ਕਰੋ 4 ਗੁਣਾ। ਤੇ ਪਤਨੀ ਦਾ ਹਰ ਗੱਲ, ਪਤਨੀ ਦਾ ਕਹਿਣਾ ਮੰਨਿਆ ਕਰੋ 100% 100 ਗੁਣਾ ਕਰ ਦਿਓ। ਲੰਮੀ ਉਮਰ ਹੋ ਜਾਏਗੀ। ਏ ਵੀ ਮੈਨੂੰ ਇੱਕ ਯਾਦ ਆਇਆ ਕਿ ਕਿਸੇ ਨੇ ਪੁੱਛਿਆ ਕਿ ਉਹ ਡਾਕਟਰ ਕੋਲ ਗਿਆ ਸੀ ਡਾਕਟਰ ਨੂੰ ਕਹਿੰਦਾ ਡਾਕਟਰ ਸਾਹਿਬ ਲੰਮੀ ਉਮਰ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਤੇ ਡਾਕਟਰ ਕਹਿੰਦਾ ਵੀ ਵਿਆਹ ਕਰਾ ਲੋ ਉਹ ਕਹਿਣ ਲੱਗਿਆ ਵੀ ਲੰਮੀ ਉਮਰ ਦਾ ਵਿਆਹ ਨਾਲ ਕੀ ਤਲਕ ਹੈ ਤੇ ਲੰਮੀ ਉਮਰ ਕਿਵੇਂ ਹੋ ਜਾਏਗੀ ਵਿਆਹ ਕਰਾ ਮੈਂ ਕਹਿੰਦਾ ਦੇਖੋ ਦੋ ਗੱਲਾਂ ਹੋਣਗੀਆਂ ਵਿਆਹ ਕਰਾਓਗੇ ਪਹਿਲੀ ਤਾਂ ਗੱਲ ਇਹ ਹੈ ਕਿ ਤੁਹਾਡੀ ਲੰਮੀ ਉਮਰ ਦੀ ਤਮੰਨਾ ਹੀ ਖਤਮ ਹੋ ਜਾਏਗੀ ਤੇ ਦੂਜਾ ਇਹ ਹੋਏਗਾ ਕਿ ਜਿੰਨੀ ਉਮਰ ਬਚੀ ਹੈ ਨਾ ਉਹ ਬੜੀ ਲੰਮੀ ਲੱਗਣ ਲੱਗ ਪਏਗੀ ਤੇ ਇੱਕ ਚੇਲਾ ਗੁਰੂ ਜੀ ਨੂੰ ਕਹਿੰਦਾ ਗੁਰੂ ਜੀ ਤੁਸੀਂ ਬੜਾ ਗਿਆਨ ਦਿੰਦੇ ਹੋ ਕਿ ਆਪਣੇ ਅੰਦਰ ਵੱਲ ਦੇਖਿਆ ਕਰੋ ਆਪਣੀਆਂ ਗਲਤੀਆਂ ਨੂੰ ਦੇਖਿਆ ਕਰੋ ਆਪਣੀਆਂ ਗਲਤੀਆਂ ਨੂੰ ਕਬੂਲ ਕੀਤਾ ਕਰੋ ਮੈਂ ਆਪਣੀਆਂ ਗਲਤੀਆਂ ਕਿਵੇਂ ਜਾਣ ਸਕਦਾ ਤਾਂ ਗੁਰੂ ਬੜਾ ਤਜਰਬੇਕਾਰ ਬੰਦਾ ਸੀ ਉਹ ਕਹਿੰਦਾ ਸਿੱਧੀ ਜੀ ਗੱਲ ਹੈ ਕਿ ਆਪਣੀ ਪਤਨੀ ਦੀ ਇੱਕ ਗਲਤੀ ਕੱਢ ਦੇ ਆਪਣੀ ਪਤਨੀ ਦੀ ਇੱਕ ਗਲਤੀ ਕੱਢ ਕੇ ਉਹਨੂੰ ਦੱਸ ਦੇ ਉਹ ਤੇਰੀਆਂ ਸਾਰੀਆਂ ਗਲਤੀਆਂ ਤੇਰੇ ਦੋਸਤਾਂ ਦੀਆਂ ਗਲਤੀਆਂ ਤੇਰੇ ਖਾਨਦਾਨ ਦੀਆਂ ਗਲਤੀਆਂ ਵੀ ਤੈਨੂੰ ਦੱਸ ਦੇਵੇਗੀ ਤੇ ਇੱਕ ਚੇਲਾ ਗੁਰੂ ਜੀ ਕੋਲ ਜਾਂਦਾ ਤੇ ਗੁਰੂ ਜੀ ਦੀ ਬੜੀ ਸੇਵਾ ਕਰਦਾ ਉਹ ਅਸਲ ਵਿੱਚ ਤਾਂ ਗੁਰੂ ਜੀ ਕਹਿੰਦੇ ਬਈ ਤੂੰ ਕੋਈ ਮੰਨਤ ਮੰਗ ਜੋ ਮੰਗਣਗੇ ਨਾ ਪੂਰੀ ਕਰਦੇ ਆਂਗੇ ਕੋਈ ਮੰਨਤ ਮੰਗੇ ਤਾਂ ਚੇਲਾ ਕਹਿੰਦਾ ਜੀ ਮੈਂ ਵਿਆਹਿਆ ਹੋਇਆ ਮੈਨੂੰ ਫਿਰ ਤੋਂ ਕੁਆਰਾ ਬਣਾ ਦਿਓ ਗੁਰੂ ਡਾਂਟ ਕੇ ਕਹਿੰਦਾ ਤੈਨੂੰ ਮੈਂ ਮੰਨਤ ਮੰਗਣ ਵਾਸਤੇ ਕਿਹਾ ਜੰਨਤ ਮੰਗਣ ਵਾਸਤੇ ਨਹੀਂ ਕਿਹਾ ਲੋ ਜੀ ਜੰਨਤ ਦੀ ਗੱਲ ਹੋਈ ਹੈ ਤਾਂ ਮੈਨੂੰ ਇੱਕ ਬੜੀ ਅੱਛੀ ਗੱਲ ਯਾਦ ਆਈ ਭਈ ਇੱਕ ਵਾਰੀ ਨਾ ਪਤਨੀ ਪਤੀ ਨਾਲ ਬੜੇ ਅੱਛੇ ਮੂੜੇਜ ਕਹਿੰਦੀ ਮੈਂ ਕਿਹਾ ਜੀ ਇੱਕ ਗੱਲ ਦੱਸੋ ਵੀ ਜੇ ਮਰਦ ਮਰ ਜਾਣ ਤੇ ਜੰਨਤ ਚਲੇ ਜਾਣ ਤੇ ਉਹਨਾਂ ਨੂੰ ਹੂਰਾ ਮਿਲਦੀਆਂ ਨੇ ਜੇ ਬੰਦੇ ਮਰ ਜਾਣ ਜੰਨਤ ਚਲੇ ਜਾਣ ਤੇ ਉਹਨਾਂ ਨੂੰ ਹੂਰਾ ਮਿਲਦੀਆਂ ਨੇ ਕੀ ਇਹ ਸੱਚ ਹੈ ਕਹਿੰਦਾ ਹਾਂ ਬਿਲਕੁਲ ਉਹਨਾਂ ਨੂੰ ਹੂਰਾ ਮਿਲਦੀਆਂ ਨੇ ਤਪਤਨੀ ਕਹਿੰਦੀ ਜੇ ਪਤਨੀ ਜੰਨਤ ਜਾਏ ਤਾਂ ਉਹਨੂੰ ਕੀ ਮਿਲਦਾ ਹੈ ਪਤੀ ਕਹਿੰਦਾ ਉਹਨੂੰ ਬਾਂਦਰ ਮਿਲਦਾ ਹੈ ਬਾਂਦਰ ਟਰਨ ਨਾਲ ਸ਼ਾਦੀ ਫਲਾ ਕੇ ਉਹਨੂੰ ਬਾਂਦਰ ਮਿਲਦਾ ਹੈ ਬਾਂਦਰ ਪਤਨੀ ਹੱਸ ਕੇ ਕਹਿਣ ਲੱਗੀ ਬੜਾ ਜੀਵ ਹੈ ਬੰਦਿਆਂ ਨੂੰ ਇੱਥੇ ਵੀ ਹੂਰਾ ਆਪਣੇ ਵੱਲ ਇਸ਼ਾਰਾ ਕਰ ਇੱਥੇ ਵੀ ਹੂਰਾ ਤੇ ਉੱਥੇ ਵੀ ਹੂਰਾ ਤੇ ਸਾਨੂੰ ਇੱਥੇ ਵੀ ਬਾਂਦਰ ਤੇ ਉੱਥੇ ਵੀ ਬਾਂਦਰ ਇਹ ਬੜਾ ਅਜੀਬ ਗੱਲ ਆ ਉਹ ਫਿਰ ਆਪਾਂ ਵਾਪਸ ਆਨੇ ਆ ਗੁਰੂ ਚੇਲੇ ਤੇ ਚੇਲਾ ਕਹਿੰਦਾ ਗੁਰੂ ਜੀ ਮੈਂ ਵਿਆਹ ਕਰਾਣਾ ਜੇ ਮੈਨੂੰ ਓਹ ਜੀ ਪਤਨੀ ਮਿਲੇ ਜਿਹੜੀ ਲੰਮੀ ਹੋਵੇ ਜਿਹੜੀ ਸੋਹਣੀ ਹੋਵੇ ਜਿਹੜੀ ਸਿਆਣੀ ਹੋਵੇ ਜਿਹੜੀ ਕਰਦੇ ਕੰਮ ਵੀ ਕਰਦੀ ਹੋਵੇ ਮੈਨੂੰ ਖੁਸ਼ ਰੱਖੇ ਮੇਰੇ ਪਰਿਵਾਰ ਨੂੰ ਖੁਸ਼ ਰੱਖੇ ਉਹਨੂੰ ਕੀ ਕਹਿੰਦੇ ਨੇ ਇਹੋ ਜੀ ਪਤਨੀ ਨੂੰ ਕੀ ਕਹਿੰਦੇ ਨੇ ਗੁਰੂ ਕਹਿੰਦਾ ਉਹਨੂੰ ਮੰਨ ਦਾ ਵਹਿਮ ਕਹਿੰਦੇ ਜੇ ਮੰਨ ਦਾ ਵਹਿਮ ਖੁਸ਼ ਰਹੋ ਖੁਸ਼ਹਾਲ ਰਹੋ ਹੱਸਦੇ ਰਹੋ ਵਸਦੇ ਰਹੋ ਥੈਂਕ ਯੂ